ਕੋਈ ਸ਼ੈ ਨਹੀਂ ਵੇਚੀ ਯਾਦਗਿਰੀ ਨਹੀਂ ਮੈਂ ਡਾਕੂ। ਹਾਂਜੀ ਕਿੱਦਾਂ ਸਾਰਾ ਸਵਾਗਤ ਤੁਹਾਡਾ ਅੱਜ ਦੇ ਨਵੇਂ ਵਲੌਗ 'ਚ। ਸਵਾਗਤ ਦਿਖਾਉਣ ਜਾ ਰਹੇ ਹਾਂ ਤੁਹਾਨੂੰ ਕਿ ਡੈਡੀ ਦੀ ਇੱਛਾ ਕੀ ਸੀ ਜਦੋਂ ਮੇਰਾ ਵਿਆਹ ਹੋਊਗਾ, ਉਦੋਂ ਡੈਡੀ ਦੀ ਕੀ ਇੱਛਾ ਸੀ। ਡੈਡੀ ਨੂੰ ਬੜਾ ਚਾਅ ਹੁੰਦਾ ਸੀ ਅਤੇ ਡੈਡੀ ਦੀ ਕੀ ਕੀ ਚੀਜ਼ ਫੇਵਰੇਟ ਸੀ ਉਹ ਵੀ ਦਿਖਾਵਾਂਗੇ ਤੁਹਾਨੂੰ ਅੱਜ। ਸੋ ਸਾਰਿਆਂ ਨੇ ਵਲੌਗ ਨੂੰ ਐਂਡ 'ਤੇ ਦੇਖਣਾ ਵਾ ਅਤੇ ਪਹਿਲੇ ਵਲੌਗਾਂ ਤਰ੍ਹਾਂ ਪਿਆਰ ਦੇਣਾ, ਸਾਰਿਆਂ ਨੇ ਐਂਡ 'ਤੇ ਦੇਖਣਾ। ਧੰਨਵਾਦ। ਅੱਜ ਖਾਵਾਂਗੇ ਅਸੀਂ ਤੜਕੇ ਤੜਕੇ ਚਾਹ ਨਾਲ, ਘਿਓ ਲਾ ਕੇ ਚਾਹ ਨਾਲ, ਚਾਹ ਨਾਲ ਖਾਣਾ ਪਰੌਠਾ ਖਾਣਾ ਹੈ। ਮੰਮੀ ਦਾ ਸਬਜ਼ੀ ਤਾਂ ਹੋਣੀ, ਸਬਜ਼ੀ ਮੁੱਕ ਗਈ। ਹਾਏ ਮੇਰੇ ਬੱਖੀ ਚ ਮਾਰੀ ਡੰਗਰਾ ਜਾ, ਭਾਵਾਂ ਅਗਲੇ ਜਾਨ ਨਿਕਲ ਜਾਵੇ। ਜਦੋਂ ਮੇਰਾ ਘਸੋਨਾ ਆਇਆ ਨਾ ਵੇਖ ਲਾ ਤੁਹਾਨੂੰ ਪਤਾ ਤੈਨੂੰ ਜਾਨ ਤੇ ਡੋਲਿਆਂ ਚ ਕੱਢ। ਹੁਣ ਦੱਸ ਦੱਸ ਹੈਗੀ ਜੜਦੇ ਪਰੌਠੇ ਖਾ ਖਾ ਸਰਿਆ ਤੇਰਾ ਬਸ ਮਿੱਟੀ ਹੁੰਦੀ ਆ ਰੋਡ ਤੇ, ਕਮਾਲ ਹੋ ਗਈ ਆ, ਮੀਂਹ ਪੈਂਦਾ ਵਾ। ਹਾਂ ਟੋਏ ਆ ਹੋਰ ਇੱਦਾਂ ਹੀ ਗਾਲਾ ਪੈ ਰਹੀਆਂ। ਗੱਡੀ ਤੇ ਮਿੱਟੀ ਲੱਗੀ, ਕਿੱਥੇ ਗੱਡੀ ਤੇ ਮਿੱਟੀ ਹੈ ਤਾਂ ਨਹੀਂ ਗੀ, ਮਾੜੀ ਆ ਐਡੀ ਬਸ ਥੋੜੀ ਜੀ ਆ ਵਾ ਤਾਂ ਸ਼ੀਸ਼ੇ ਤੋਂ ਹੀ। ਧੋ ਲੈਨੇ ਓਹੋ ਉਧਰ ਝਾੜ ਲਾ। ਹਾਂ ਮੇਰੇ ਤੇ ਝਾੜੀ ਜਾਣਾ ਸਾਰਾ ਕੁਛ। ਨਹੀਂ ਨਹੀਂ ਮੈਨੂੰ ਲੋੜ ਤਾਂ ਹੀ ਨਹੀਂ ਲੋੜ ਆ, ਤੂੰ ਹੀ ਲਾ ਲਾ। ਸੁਥਰੀ ਕੱਢ ਮੈਨੂੰ ਝਾੜ ਕੇ ਵਿੱਚੋਂ, ਫਿਰ ਆਟੇ ਚ ਵੜ ਜਾਂਦੀ ਆ। ਲੈ ਮੂੰਹ ਪਾ ਲਾ ਵਿੱਚ, ਮੂੰਹ ਨਾ ਕੱਢਣੀ ਆ। ਬਰਾਤੇ ਹੀ ਤਾਂ ਜਾਈ ਬਰਾਤੇ, ਹਾਂ ਲਾੜਾ ਬਣ ਕੇ, ਹਾਂ ਗਾੜੀ ਸਿਹਰਾ ਸਿਹਰਾ ਲਾ ਲਈ ਗਾੜੀ। ਹੈ ਤਲਵਾਰ ਉਹ ਭਾਈ ਔਰ ਹੀ ਮੱਥਰਾ ਦੇਖ
ਜਿਹੜਾ ਉੱਥੇ ਔਖਾ ਹੋਇਆ ਸਾਲੀਆਂ ਚ ਔਖਾ ਹੋਇਆ ਤਲਵਾਰ ਕੱਟ ਕੇ ਐ ਚਲਾ ਦਿੰਦੀ ਜਿਹੜੀ ਸਾਲੀਆਂ ਨੇ ਉਹ ਜੁੱਤੀ ਕੋਈ ਮੇਰੀ ਤਲਵਾਰ ਕੱਟ ਕੇ ਫਿਰ ਲਾ ਕੇ ਕਿਸੇ ਨੇ ਨਹੀਂ ਆਉਣਾ ਵਧੀਆ ਤੁਹਾਨੂੰ ਨਾ ਉਧਰ ਹੀ ਵੇਖ ਆਈ ਤੈਨੂੰ ਕਿੱਧਰ ਮੂੰਹ ਚੱਕਿਆ ਤੂੰ ਵੀ ਸੁਸਰੀ ਲੱਗੀ ਆਟਾ ਜਿਹਾ ਵਿੱਚ ਦੇਖੀ ਆਟਾ ਲੱਗ ਗਈ ਸੁਸਰੀ ਵਿੱਚ ਆਟਾ ਬਣ ਗਿਆ ਯੋ ਆ ਕਿੱਦਾਂ ਹਾਂ ਹਾਈ ਇਹਦੇ ਕੀ ਆਪਣੀ ਕਣਕ ਕਿੱਦਾਂ ਹੋ ਜਾਊਗੀ ਉੱਥੇ ਪਾਣੀ ਪੈ ਪੈ ਲੈ ਪਾਣੀ ਨਾਲ ਹੋਈ ਆ ਪਾਣੀ ਪੈ ਪੈ ਕੇ ਹੋਈ ਜਾਂਦੀ ਪਤਾ ਸੁਸਰੀ ਕਣ ਆਈ ਆ ਸੁਸਰੀ ਹੋਈ ਜਾਂਦੀ ਆ ਸੁਸਰੀ ਹੋ ਜਾਂਦੀ ਆ ਪਰ ਆਟਾ ਜਿਹਾ ਪਿੱਛੇ ਆ ਵੀ ਵੇਖ ਲਈ ਹੋਰ ਹੀ ਕੰਮ ਵਧਿਆ ਹੋਵੇ ਮੁੜ ਕੇ ਖੂਹੀਆਂ ਭਰੀ ਜਾਣਗੇ ਬਸ ਕਰ ਬਸ ਕਰ ਸਾਡੀ ਕਣਕ ਖਾ ਕੇ ਸਾਡੀ ਆਪਾਂ ਵੀ ਖਾਣੀ ਆ ਬੋਲਾ ਨਾ ਪਾ ਲਾ ਉਹ ਵੀ ਪਿਆ ਜਿਹੜੇ ਵਿੱਚ ਪਰ ਕੋਈ ਗੱਟਾ ਵਧੀਆ ਕਿੱਥੇ ਲੈ ਜਾਵਾਂਗੇ ਉਧਾਰ ਕਰੂੰਗੀ ਪਹਿਲਾਂ ਕਿੰਨੇ ਕਿਲੋ ਸਹੀ ਆ ਮਾਹੌਲ ਮਾਹੌਲ ਖਿਲਰ ਨਹੀਂ ਹਜੇ ਖਿਲਰ ਵੀ ਸਕਦਾ ਇਹ ਕਿਹੜਾ ਵੱਡੀ ਗੱਲ ਆ ਸਾਰੇ ਗੱਟੇ ਤੇ ਪਾ ਲਾ ਗੱਟੇ ਤੇ ਪਾ ਕੇ ਨਾ ਫੇਰ ਗੱਟੇ 'ਚ ਪਾ ਦੇ ਹਾਂਜੀ ਸੋ ਅਸੀਂ ਦੱਸਦੇ ਹਾਂ ਵੀ ਡੈਡੀ ਦੀ ਕਹਿੰਦੇ ਇੱਛਾ ਕੀ ਸੀ ਡੈਡੀ ਕਹਿੰਦਾ ਹੁੰਦਾ ਸੀ ਹਰੇਕ ਵਾਰੀ ਵੀ ਜਦੋਂ ਤੇਰਾ ਵਿਆਹ ਹੋਊਗਾ ਉਦੋਂ ਅਣਕੀਲਾ ਲੈ ਕੇ ਆਵਾਂਗੇ ਹੈ ਨਾ ਅਣਕੀਲੇ ਕਹਿੰਦਾ ਹੁੰਦਾ ਅਣਕੀਲਾ ਲੈ ਕੇ ਆਵਾਂਗੇ ਸੋ ਕਹਿੰਦੇ ਹੁੰਦੇ ਆ ਇੱਛੇ ਰਹਿੰਦੀ ਹੁੰਦੀ ਆ ਪੂਰੀ ਕਰਨੀ ਨਹੀਂ ਕਰਨੀ ਉਹ ਰੱਬ ਦੇਖਦਾ ਉੱਤੇ ਹੈ ਨਾ ਸੋ ਚਲੋ ਕਹਿੰਦੇ ਕੋਈ ਨਾ ਹੁੰਦਾ ਬਾਬਾ ਕਰਦਾ ਸਾਰਾ ਕੁਛ ਆਪਾਂ ਕੀ ਕਰ ਸਕਦੇ ਹਾਂ ਅਗਰ ਬੰਦਾ ਸਾਰਾ ਕੁਛ ਕਰ ਲੈਂਦਾ ਤਾਂ ਫਿਰ ਰੱਬ ਕਦੇ ਵਾਸਤੇ ਹੁੰਦਾ ਹਨਾ ਤੇ ਜੇ ਆਪਣੇ ਹੱਥ ਵਸ ਹੁੰਦਾ ਤਾਂ ਆਪਾਂ ਬਚਾ ਨਾ ਲੈਂਦੇ ਤੇ ਉਹਦੀ ਕਮੀ ਤਾਂ ਹਰ ਵੇਲੇ ਮਹਿਸੂਸ ਹੋਣੀ ਤੈਨੂੰ ਹਰੇਕ ਜਿਹੜਾ ਤੇਰਾ ਕਾਰ ਵਿਹਾਰ ਕਰਾਂਗੇ ਉਹਦੇ ਹੀ ਹੋਣੀ ਤੇ ਸੋ ਫੇਵਰੇਟ ਹੁੰਦੀ ਸੀ ਡੈਡੀ ਦੀ ਗੱਡੀ ਗੱਡੀ ਕਿਤੇ ਵੀ ਜਾਣਾ ਡੈਡੀ ਨੇ ਕਹਿਣਾ ਵੀ ਮੈਂ ਵੀ ਨਾਲ ਜਾਊਂਗਾ ਅੱਗੇ ਬਹਿ ਕੇ ਸੋ ਪਹਿਲਾਂ ਲਿਆਂਦਾ ਸੀ ਟਰੈਕਟਰ ਉਸ ਤੋਂ ਬਾਅਦ ਮਹੀਨਾ ਬਾਅਦ ਲਿਆਂਦੀ ਸੀ ਗੱਡੀ ਆਪਾਂ ਮਹੀਨਾ ਬਾਅਦ ਗੱਡੀ ਲਿਆਂਦੀ ਸੀ ਅਸੀਂ ਸੋ ਦੋਵੇਂ ਚੀਜ਼ਾਂ ਆ ਡੈਡੀ ਦਾ ਮੋਟਰਸਾਈਕਲ ਸੀ ਜਿਹੜਾ ਮੈਂ ਮੋਡੀਫਿਕੇਸ਼ਨ ਕਰਾ ਲਿਆ ਸੀ ਮੋਡੀਫਿਕੇਸ਼ਨ ਤਾਂ ਕਰਾਇਆ ਵੀ ਵੇਚਣਾ ਨਾ ਪਵੇ ਹੁਣ ਮੈਂ ਚਲਾ ਸਕਾਂ ਕਿ ਤਿਆਰ ਕਰਾਇਆ ਮੋਟਰਸਾਈਕਲ ਚੱਲ ਮੈਂ ਚਲਾ ਲੈਣਾ ਹਜੇ ਤਾਂ ਕੋਈ ਸ਼ੈ ਨਹੀਂ ਵੇਚੀ ਯਾਦਗਿਰੀ ਯਾਦਗਿਰੀ ਸਾਰੀਆਂ ਚੀਜ਼ਾਂ ਮਿਹਨਤ ਨਾਲ ਬਣਾਈਆਂ ਯਾਦਗਿਰੀ ਆ ਮਿਹਨਤ ਹੀ ਆ ਸਾਰਿਆਂ ਦੀ ਅਤੇ ਸਾਰਿਆਂ ਨੇ ਵਲੋਗ ਐਂਡ ਤੇ ਦੇਖਿਆ ਅਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਸੋ ਇੱਦਾਂ ਹੀ ਵਧੀਆ ਵਧੀਆ ਵਲੋਗ ਦੇਖਣ ਲਈ ਹਾਸਾ ਮਜ਼ਾਕ ਦੇਖਣ ਲਈ ਆਪਾਂ ਨੂੰ ਕਰ ਲਿਓ ਸਬਸਕ੍ਰਾਈਬ ਸੋ ਮਿਲਦੇ ਹਾਂ ਆਪਾਂ ਅਗਲੇ ਵਲੋਗ 'ਚ ਜਿਵੇਂ ਪਿਛਲੇ ਵਲੋਗ ਨੂੰ ਪਿਆਰ ਦਿੱਤਾ ਉੱਦਾਂ ਹੀ ਇਸ ਵਲੋਗ ਨੂੰ ਪਿਆਰ ਦਿਓ ਸੋ ਮਿਲਦੇ ਹਾਂ ਆਪਾਂ ਅਗਲੇ ਵਲੋਗ 'ਚ ਧੰਨਵਾਦ।
ਯਾਰ ਮਾਫ਼ੀ ਦੇ ਦਾ।